ਹਾਲ ਹੀ ਵਿੱਚ ਮਸ਼ਹੂਰ ਟੀਵੀ ਐਂਡ ਬਾਲੀਵੁੱਡ ਐਕਟਰਸ ਕਵਿਤਾ ਕੌਸ਼ਿਕ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਸੀਰੀਅਲ FIR ਦੇ ਵਿੱਚ ਇੰਸਪੈਕਟਰ ਚੰਦਰਮੁਖੀ ਚੌਟਾਲਾ ਦਾ ਕਿਰਦਾਰ ਨਿਭਾ ਕੇ ਲੋਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਨੇ ਟੀਵੀ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਗੱਲ ਦਾ ਖੁਲਾਸਾ ਉਸਨੇ ਖੁਦ ਇੱਕ ਇੰਟਰਵਿਊ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਉਹ ਟੀਵੀ ਇੰਡਸਟਰੀ ਛੱਡ ਰਹੀ ਹੈ, ਇਸ ਦੇ ਨਾਲ ਹੀ ਉਸਨੇ ਇਸ ਦਾ ਕਾਰਨ ਵੀ ਦੱਸਿਆ। ਹਾਲ ਦੇ ਵਿੱਚ ਦਿੱਤੇ ਇੰਟਰਵਿਊ ਦੇ ਵਿੱਚ ਕਵਿਤਾ ਕੌਸ਼ਿਕ ਨੇ ਦੱਸਿਆ ਕਿ ਉਹ ਟੀਵੀ ਉਸਨੂੰ ਲਗਾਤਾਰ ਖਲਨਾਇਕ ਦੀਆਂ ਭੂਮਿਕਾਵਾਂ ਦੇ ਰਿਹਾ ਸੀ, ਜਿਸ ਕਾਰਨ ਉਹ ਤੰਗ ਆ ਚੁੱਕੀ ਸੀ। ਉਸਨੇ ਕਿਹਾ, ਮੈਂ ਟੀਵੀ ਨਹੀਂ ਕਰਨਾ ਚਾਹੁੰਦੀ, ਮੈਂ 30 ਦਿਨ ਕੰਮ ਨਹੀਂ ਕਰ ਸਕਦੀ, ਮੈਂ ਵੈਬ ਸੀਰੀਜ਼ ਜਾਂ ਫਿਰ ਫਿਲਮਾਂ ਕਰਨ ਲਈ ਤਿਆਰ ਹਾਂ, ਪਰ ਮੈਂ ਕੋਈ ਆਮ ਦਿੱਖ ਵਾਲੀ ਹੀਰੋਇਨ ਨਹੀਂ ਹਾਂ ਜਿਸ ਨੂੰ ਹਰ ਤਰ੍ਹਾਂ ਦੇ ਸ਼ੂਟ ਦੇ ਵਿੱਚ ਆਸਾਨੀ ਨਾਲ ਕਾਸਟ ਕੀਤਾ ਜਾ ਸਕਦਾ ਹੈ। ਅਦਾਕਾਰਾ ਨੇ ਅੱਗੇ ਕਿਹਾ, ਟੀਵੀ ਕੰਟੈਂਟ ਅਗਰੈਸਿਵ ਲੱਗਦਾ ਹੈ, ਇਸ ਲਈ ਮੈਂ ਇਸ ਦਾ ਹਿੱਸਾ ਨਹੀਂ ਬਣਨਾ ਚਾਹੁੰਦੀ। ਇੱਕ ਸਮਾਂ ਸੀ ਜਦੋਂ ਟੀਵੀ ਪ੍ਰਗਤੀਸ਼ੀਲ ਸੀ ਅਤੇ ਸਾਡੇ ਕੋਲ ਕਈ ਤਰ੍ਹਾਂ ਦੇ ਸ਼ੋਜ਼ ਹੁੰਦੇ ਸਨ, ਹਰ ਕਿਸੇ ਲਈ ਵੱਖੋ ਵੱਖਰੇ ਅਤੇ ਮਨੋਰੰਜਨ ਸੀ, ਪਰ ਹੁਣ ਅਸੀਂ ਜਿਸ ਤਰ੍ਹਾਂ ਦੀ ਸਮੱਗਰੀ ਦੇਖ ਰਹੇ ਹਾਂ ਉਹ ਨੌਜਵਾਨ ਪੀੜ੍ਹੀ ਲਈ ਬੁਰੀ ਹੈ। ਸਾਡੇ ਰਿਐਲਿਟੀ ਸ਼ੋਜ਼ ਅਤੇ ਨਾਟਕਾਂ ਦੇ ਵਿੱਚ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿਖਾਈ ਦਿੰਦੀ ਹੈ ਉਹ ਲੋਕਾਂ ਨੂੰ ਇੱਕ ਦੂਜੇ ਦੇ ਨਾਲ ਨਫ਼ਰਤ ਕਰਨਾ ਸਿਖਾਉਂਦੀ ਹੈ। ਮੈਂ ਵੀ ਇਸ ਦਾ ਹਿੱਸਾ ਰਹੀ ਹਾਂ ਅਤੇ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ। ਟੀਵੀ 'ਤੇ ਜੋ ਦਿਖਾਈ ਦਿੰਦਾ ਹੈ ਮੈਂ ਉਸਨੂੰ ਸਵੀਕਾਰ ਨਹੀਂ ਕਰਦੀ। ਤੁਸੀਂ ਜੋ ਵੀ ਕਹੋ, ਅਸੀਂ ਭਾਰਤੀ ਹਾਂ ਅਤੇ ਸਾਨੂੰ ਲੱਗਦਾ ਹੈ ਕਿ ਟੀਵੀ 'ਤੇ ਜੋ ਵੀ ਦਿਖਾਇਆ ਜਾਂਦਾ ਹੈ ਉਹ ਸੱਚ ਹੈ, ਅਸੀਂ ਉਸ ਤੋਂ ਪ੍ਰੇਰਿਤ ਹੁੰਦੇ ਹਾਂ।